अस्सलामुअलैकुम वरहमतुल्लाहि वबरकातुह। दोस्तों पहले एक वीडियो अपलोड हुई है जनाब के उस्ताद ने खरतुंबे जानवर जड़े ने उस्ताद ने किस तरह बनाए ते की क्वालिटियां बनाईया। अगे मजीद तुम्हें जानवर जड़ना उस्ताद ने शौक करवा लगे माशाल्लाह जानवर काफ़ी जानवर उस्ताद ने जड़ना बच्चे ने ते तुम्हारा शौक शेयर कर रहे हैं। तो जानवर यह जो साढ़े सामने खड़ा है माशाल्लाह भी खरतुंबे ही है जो तुमने शेयर की वीडियो है भी उस्ताद ने वो पुराना पार्ट लगेगा पहले जहाँ शेयर किया जानवर वो भी है भी इस साइज की उम्र है जानवर की एक साल हो गया हूँ तो साइज को पेड़ पेड़ को लड़ा आया तो एक कुश्ती लड़ा हर काम ऐसे सीजन है इस सीजन अठवीं महीने पहले महीने की अठ तरीक जनवरी 2023 की अठ तरीक जाना पेड़ बढ़िया बाद च थाइया आदि रही फिर असा नहीं लड़ा कितनी दफा लगा साइज दो दफा लगा दो थाइया आई हाँ ਵਾਹ ਫਿਰ ਲੜਾਈ ਤੇ 8 ਪਹਿਲੇ ਮਹੀਨੇ ਦੀ 8 ਤਰੀਕ ਤੇ ਜਾਣਾ ਇੱਕ ਪੇੜੇ ਨੇ ਵਧਿਆ ਹੈਗਾ ਤੇ ਉਸ ਤੋਂ ਬਾਅਦ ਦੋ ਦਫਾ ਫਿਰ ਲਾਇਆ ਹੈਗਾ ਔਰ ਦੋਨੋਂ ਦਫਾ ਹੀ ਇਹਦੀ ਚੁਥਾਈ ਆ ਗਈ ਹੈ ਪੇੜੇ 'ਚ ਨਹੀਂ ਜਾ ਸਕਿਆ। ਮਾਸ਼ਾਅੱਲਾ ਉਸਤਾਦਾਂ ਦਾ ਇੱਕ ਨਾਂ ਹੈ ਉਹਨਾਂ ਇੱਕ ਆਪਣਾ ਉਮਰ ਦਾ ਅਰਸਾ ਜਾਣਾ ਇਸ ਸ਼ੌਕ ਵਿੱਚ ਆਪਣਾ ਵੇਸਟ ਕੀਤਾ ਹੈਗਾ ਲਾਇਆ ਹੈਗਾ ਤੇ ਉਮਰ ਦੇ ਨਾਲ ਨਾਲ ਤਜਰਬਾ ਵੀ ਹੁੰਦਾ ਔਰ ਅੱਲਾਹ ਪਾਕ ਨੇ ਉਸਤਾਦਾਂ ਬੜੀ ਇੱਜ਼ਤ ਦਿੱਤੀ ਹੈ ਤੇ ਪੇੜੇ ਜਾਣਾ ਕਿ ਇੱਕ ਦਫਾ ਬੰਦੇ ਜਾਣਾ ਦਲੇਰ ਹੀ ਜਿਹੜਾ ਸਾਹਮਣਾ ਕਰਦਾ ਅਦਰਵਾਈਜ਼ ਜਾਣਾ ਐਵੇਂ ਡਿਸ਼ ਤਿੰਨਾਂ ਕੋਲ ਜਾਨਵਰ ਸਾਹਮਣੇ ਲੈ ਕੇ ਨਹੀਂ ਆਉਂਦਾ ਤੇ ਜੇ ਕੋਈ ਗਲਤੀ ਨਾ ਆ ਵੀ ਜਾਵੇ ਤਾਂ ਇੱਕ ਦੋ ਪਾਣੀ ਅੰਦਰ ਜਾਣਾ ਆਲਮ ਦਾ ਸਾਰਿਆਂ ਦੇ ਇਹ ਜਾਨਵਰ ਦੀ ਖਾਸ ਤੌਰ ਜਿਹਨਾਂ ਖਾਸੀਅਤ ਹੈ ਕਿ ਕਦੀ ਜਾਨਵਰ ਕੋਈ ਸਾਹਮਣੇ ਟਿਕਿਆ ਨਹੀਂ ਹੈਗਾ ਅਤੇ ਪਹਿਲੇ ਤੁਹਾਨੂੰ ਜਾਣਾ ਜਿਹੜਾ ਸੀ ਉਹ ਵੀ ਅਤੇ ਇਹ ਵੀ ਉਹਨਾਂ ਪੁਰਾਣੇ ਉਹ ਤੁਹਾਨੂੰ ਜਿਹੜਾ ਦੱਸਿਆ ਸੀ 30-35 ਸਾਲ ਦੇ ਉਸਤਾਦ ਜਿਹੜਾ ਪਰ ਲੈ ਕੇ ਆ ਰਹੇ ਨੇ ਉਹਨਾਂ ਜਾਨਵਰਾਂ 'ਚ ਇਹ ਵੀ ਜਾਨਵਰ ਖੜਾ ਹੈਗਾ ਮਾਸ਼ਾਅੱਲਾ ਅਤੇ ਉਸਤਾਦਾਂ ਦੀ ਬੜੀ ਹਿੰਮਤ ਹੈ ਅਸੀਂ ਤਾਂ ਸਿਰਫ ਬਹਿਸ ਸੁਣ ਕੇ ਪਰੇਸ਼ਾਨ ਹੋ ਗਿਆ ਵੀ ਇੰਨਾ ਅਰਸਾ ਅਤੇ ਉਸਤਾਦਾਂ ਨੇ ਬੜੇ ਜਾਨਵਰ ਮਾਸ਼ਾਅੱਲਾ ਪੁੰਜ ਕੇ ਰੱਖੇ ਨੇ ਜਨਾਬ ਅੱਲਾ ਪਾਕ ਨਾਲ ਜ਼ਿੰਦਗੀ ਕਰੇ ਉਸਤਾਦ ਨੂੰ ਸਲਾਮਤ ਰੱਖੇ ਇਹ ਸਾਡੇ ਉਸਤਾਦ ਉਹਨਾਂ ਜਨਰਲ ਸਰਦੋਸ਼ ਜਗ੍ਹਾ ਦੇਵੇ ਹਾਂਜੀ ਇਹ ਉਹਦੀ ਨਿਸਬਤ ਨਾਲ ਸਾਡੇ ਕੋਲ ਆਏ ਨੇ ਅਸਾਂ ਸਾਂਭ ਕੇ ਰੱਖੇ ਅੱਛਾ ਸ਼ੌਕੀਨ ਔਰ ਸ਼ਗਿਰਦ ਉਹ ਇਹ ਜਿਹੜਾ ਉਸਤਾਦਾਂ ਨੇ ਪਰ ਸਾਂਭ ਕੇ ਰੱਖੇ ਸਾਂਭ ਕੇ ਰੱਖੇ ਇਹ ਸਾਡੀ ਤੁਸੀਂ ਬੜੀ ਵੱਡੀ ਗੱਲ ਕੀਤੀ ਹੈ ਕਿ ਜਿਹੜੇ ਜਿਹਨਾਂ ਉਸਤਾਦਾਂ ਨੇ ਖੁੰਦਾ ਕੀਤੀਆਂ ਹਨ ਨਾ ਅੱਜ ਵੀ ਉਹ ਲੋਕ ਜਿਹੜੇ ਨਾ ਉਹਨਾਂ ਦੇ ਨਾਂ ਹੈ ਅਤੇ ਜਿਨ੍ਹਾਂ ਨੇ ਸਿਰਫ ਇੱਕ ਸ਼ੌਕ ਦੀ ਹਾਤੀ ਕਰ ਉਸਤਾਦਾਂ ਕੋਈ ਨਾ ਕੋਈ ਸ਼ਹਿਰ ਵਿੱਚ ਦੀ ਕੋਸ਼ਿਸ਼ ਕੀਤੀ ਹੈ ਉਹ ਤੱਕੇ ਖਾਂਦੇ ਨਜ਼ਰ ਆਏ ਨੇ ਕਿਸੇ ਜਗ੍ਹਾ ਤੋਂ ਬੰਦਾ ਨਜ਼ਰ ਨਹੀਂ ਆਇਆ ਹੈਗਾ ਅਤੇ ਉਸਤਾਦ ਨਾਲ ਤੁਸੀਂ ਉਸਤਾਦ ਦੀ ਖਿਦਮਤ ਕੀਤੀ ਹੈ ਤਾਂ ਅਲਹਮਦੁਲਿਲਾ ਪਾਕ ਤੁਹਾਨੂੰ ਇੱਜ਼ਤ ਵੀ ਨਵਾਜ਼ਿਆ ਮਾਸ਼ਾਅੱਲਾ ਜੀ ਇੱਜ਼ਤ ਉਹਨੂੰ ਹੀ ਮਿਲਦੀ ਹੈ ਜਿਹੜਾ ਉਸਤਾਦ ਦੀ ਤਾਬਿਆਦਾਰੀ ਕਰਦਾ ਜਿਹਨੇ ਉਸਤਾਦ ਦੀ ਤਾਬਿਆਦਾਰੀ ਨਹੀਂ ਕੀਤੀ ਉਹਨੂੰ ਉਧਰ ਤੱਕ ਮਾਰ ਬੇਸ਼ੱਕ ਜਿਹਨੇ ਉਸਤਾਦ ਦਾ ਅਦਬ ਕੀਤਾ ਹੈ ਨਾ ਕਾਮਯਾਬੀ ਉਹਦੇ ਹੱਕ 'ਚ ਹੋਈ ਲੋ ਜੀ ਜਦੋਂ ਜਨਾਬ ਇਨਸ਼ਾਅੱਲਾ ਨਈ ਵੀਡੀਓ 'ਚ ਦੁਬਾਰਾ ਫਿਰ ਹਾਜ਼ਰ ਹੋਣੇ ਹਾਂ। ਅਸਲਾਮੁ ਅਲੈਕੁਮ।